ਪੰਜਾਬ ਸਕੂਲ ਐਜੂਕੇਸ਼ਨ ਬੋਰਡ ਕਲਾਸ 2 ਸਬਜੈਕਟ ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ ਪਾਠ ਚੌਥਾ ਖੇਡ ਸੱਟਾਂ ਸਪੋਰਟਸ ਇੰਜਰੀਜ਼ ਇੰਪੋਰਟੈਂਟ ਕੁਐਸਚਨਸ ਭੂਮਿਕਾ ਖੇਡਾਂ ਸੰਬੰਧੀ ਅਭਿਆਸ ਕਰਦੇ ਵਕਤ ਜਾਂ ਖੇਡਾਂ ਖੇਡਣ ਵਕਤ ਖਿਡਾਰੀਆਂ ਨੂੰ ਕਈ ਤਰ੍ਹਾਂ ਦੀਆਂ ਸੱਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਮੋਚ ਰਗੜ ਕੱਟ ਲੱਗਣਾ ਖਿੱਚ ਜੋੜ ਹਿਲਣਾ ਹੱਡੀ ਟੁੱਟਣਾ ਆਦਿ ਇਸ ਪਾਠ ਵਿੱਚ ਆਪਾਂ ਖੇਡ ਸੱਟਾਂ ਦੀਆਂ ਕਿਸਮਾਂ ਲੱਛਣ ਕਾਰਨ ਰੋਕਥਾਮ ਬਚਾਅ ਅਤੇ ਉਪਾਅ ਬਾਰੇ ਜਾਣਕਾਰੀ ਹਾਸਲ ਕਰਾਂਗੇ ਅਤੇ ਖੇਡ ਸੱਟਾਂ ਦੌਰਾਨ ਮੌਕੇ ਤੇ ਦਿੱਤੀ ਜਾਣ ਵਾਲੀ ਸਹਾਇਤਾ ਭਾਵ ਮੁਢਲੀ ਸਹਾਇਤਾ ਬਾਰੇ ਵੀ ਜਾਣਕਾਰੀ ਹਾਸਲ ਕਰਾਂਗੇ ਪਿਆਰੇ ਵਿਦਿਆਰਥੀਓ ਹਰ ਤਰ੍ਹਾਂ ਦੇ ਟੈਸਟ ਅਤੇ ਹਰ ਤਰ੍ਹਾਂ ਦੇ ਇਮਤਿਹਾਨ ਵਿੱਚ ਕੰਮ ਆਉਣ ਵਾਲੇ ਕੁਝ ਮਹੱਤਵਪੂਰਨ ਪ੍ਰਸ਼ਨ ਆਪਾਂ ਸਟੱਡੀ ਕਰਾਂਗੇ ਬਹੁਤ ਹੀ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਪ੍ਰਸ਼ਨ ਨੰਬਰ 1 ਖੇਡ ਸੱਟਾਂ ਕੀ ਹਨ ਉੱਤਰ ਖੇਡਾਂ ਦੌਰਾਨ ਅਤੇ ਅਭਿਆਸ ਦੌਰਾਨ ਲੱਗਣ ਵਾਲੀਆਂ ਸੱਟਾਂ ਨੂੰ ਹੀ ਖੇਡ ਸੱਟਾਂ ਕਹਿੰਦੇ ਹਨ। ਪ੍ਰਸ਼ਨ ਨੰਬਰ 2 ਮੋਚ ਦੇ ਲੱਛਣ ਦੱਸੋ। ਉੱਤਰ ਨੰਬਰ 1 ਜਲਨ, ਦਰਦ ਅਤੇ ਸੋਜ ਹੋਣਾ। ਨੰਬਰ 2 ਹਰਕਤ ਕਰਨ ਵੇਲੇ ਤੇਜ਼ ਦਰਦ ਹੋਣਾ। ਪ੍ਰਸ਼ਨ ਨੰਬਰ 3 ਖਿਡਾਰੀਆਂ ਤੋਂ ਇਲਾਵਾ ਹੋਰ ਕਿਹੜੇ ਵਿਅਕਤੀ ਖੇਡਾਂ ਵਿੱਚ ਭਾਗ ਲੈਂਦੇ ਹਨ ਉੱਤਰ ਤੰਦਰੁਸਤ ਅਤੇ ਰੋਜ਼ਾਨਾ ਕਸਰਤ ਕਰਨ ਵਾਲੇ ਵਿਅਕਤੀ ਪ੍ਰਸ਼ਨ ਨੰਬਰ 4 ਖੁੱਲੀ ਟੁੱਟ ਕੀ ਹੈ ਉੱਤਰ ਖੁੱਲੀ ਟੁੱਟ ਵਿੱਚ ਹੱਡੀ ਮਾਸਪੇਸ਼ੀਆਂ ਤੋਂ ਬਾਹਰ ਨਿਕਲ ਆਉਂਦੀ ਹੈ ਆਪਾਂ ਇਹ ਵੀ ਕਹਿ ਸਕਦੇ ਹਾਂ ਜਦੋਂ ਹੱਡੀ ਮਾਸਪੇਸ਼ੀਆਂ ਤੋਂ ਬਾਹਰ ਨਿਕਲਾਵੇ ਤਾਂ ਇਸ ਨੂੰ ਖੁੱਲੀ ਟੁੱਟ ਕਹਿੰਦੇ ਹਨ ਪ੍ਰਸ਼ਨ ਨੰਬਰ 5 ਪ੍ਰਾਈਸ ਸ਼ਬਦ ਨੂੰ ਸਪਸ਼ਟ ਕਰੋ ਪੀ ਤੋਂ ਭਾਵ ਹੈ ਪ੍ਰੋਟੈਕਸ਼ਨ ਰੋਕਥਾਮ ਆਰ ਤੋਂ ਭਾਵ ਹੈ ਰੈਸਟ ਆਰਾਮ ਆਈ ਤੋਂ ਭਾਵ ਹੈ ਆਈਸ ਬਰਫ਼ ਸੀ ਤੋਂ ਭਾਵ ਹੈ ਕੰਪਰੈਸ਼ਨ ਦਬਾਅ ਈ ਤੋਂ ਭਾਵ ਹੈ ਐਲੀਵੇਸ਼ਨ ਉੱਚਾ ਚੁੱਕਣਾ ਇਸ ਲਈ ਪ੍ਰਾਈਸ ਸ਼ਬਦ ਤੋਂ ਪਾਵ ਹੈ ਰੋਕथाम ਆਰਾਮ ਬਰਫ਼ ਦਬਾਅ ਅਤੇ ਉੱਚਾ ਚੁੱਕਣਾ ਪ੍ਰਸ਼ਨ ਨੰਬਰ 6 ਕੋਈ ਦੋ ਨਰਮ ਟਿਸ਼ੂਆਂ ਦੀਆਂ ਸੱਟਾਂ ਦੇ ਨਾਮ ਦੱਸੋ ਉੱਤਰ ਮੋਚ ਜਿਸ ਨੂੰ ਆਪਾਂ ਅੰਗਰੇਜ਼ੀ ਵਿੱਚ ਸਪਰੇਨ ਕਹਿੰਦੇ ਹਾਂ ਅਤੇ ਖਿਚਾਅ ਜਿਸ ਨੂੰ ਅੰਗਰੇਜ਼ੀ ਵਿੱਚ ਸਟ੍ਰੇਨ ਕਹਿੰਦੇ ਹਨ ਮੋਚ ਅਤੇ ਖਿਚਾ ਪ੍ਰਸ਼ਨ ਨੰਬਰ 7 ਕਿਸੇ ਦੋ ਸਖਤ ਟਿਸ਼ੂਆਂ ਦੀਆਂ ਸੱਟਾਂ ਦੇ ਨਾਮ ਦੱਸੋ ਉੱਤਰ ਹੱਡੀ ਉਤਰਨਾ ਅਤੇ ਹੱਡੀ ਟੁੱਟਣਾ ਪ੍ਰਸ਼ਨ ਨੰਬਰ 8 ਖੇਡ ਸੱਟਾਂ ਦੇ ਕੋਈ ਦੋ ਕਾਰਨ ਦੱਸੋ ਉੱਤਰ ਨੰਬਰ 1 ਸਰੀਰ ਨੂੰ ਚੰਗੀ ਤਰ੍ਹਾਂ ਨਾ ਗਰਮਾਉਣਾ ਨੰਬਰ 2 ਗਲਤ ਤਕਨੀਕ ਦਾ ਇਸਤੇਮਾਲ ਕਰਨਾ ਪ੍ਰਸ਼ਨ ਨੰਬਰ 9 ਖੇਡ ਸੱਟਾਂ ਦੀ ਸੁਰੱਖਿਆ ਦੇ ਉਪਾਅ ਦੱਸੋ ਉੱਤਰ ਬਚਾਓ ਪਹਿਲੂ ਅਤੇ ਉਪਚਾਰਾਤਮਕ ਪਹਿਲੂ ਬਚਾਓ ਪਹਿਲੂ ਤੋਂ ਭਾਵ ਹੈ ਸਾਵਧਾਨੀਆਂ ਉਪਚਾਰਾਤਮਕ ਪਹਿਲੂ ਤੋਂ ਭਾਵ ਹੈ ਇਲਾਜ ਪ੍ਰਸ਼ਨ ਨੰਬਰ 10 ਮੁੱਢਲੀ ਸਹਾਇਤਾ ਕੀ ਹੈ ਉੱਤਰ ਡਾਕਟਰ ਦੇ ਆਉਣ ਤੋਂ ਪਹਿਲਾਂ ਦਿੱਤੀ ਜਾਣ ਵਾਲੀ ਸਹਾਇਤਾ ਨੂੰ ਮੁੱਢਲੀ ਸਹਾਇਤਾ ਕਹਿੰਦੇ ਹਨ ਵੀਡੀਓ ਅਜੇ ਜਾਰੀ ਹੈ ਕਿਰਪਾ ਕਰਕੇ ਚੈਨਲ ਦਿਨੇਸ਼ ਐਜੂਕੇਸ਼ਨ ਐਂਡ ਸਪੋਰਟਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਜਾਵੇ ਜੀ ਪ੍ਰਸ਼ਨ ਨੰਬਰ 11 ਮੁੱਢਲੀ ਸਹਾਇਤਾ ਦੇ ਦੋ ਸਿਧਾਂਤ ਦੱਸੋ ਉੱਤਰ ਨੰਬਰ 1 ਫੌਰੀ ਸਹਾਇਤਾ ਕਹਿਣ ਦਾ ਪਾਵੋ ਸਹਾਇਤਾ ਤੁਰੰਤ ਦਿੱਤੀ ਜਾਵੇ ਨੰਬਰ 2 ਬਨੌਟੀ ਸਾ ਨੰਬਰ 3 ਖੂਨ ਰੋਕਣਾ ਪ੍ਰਸ਼ਨ ਨੰਬਰ 12 ਖੇਡ ਸੱਟਾਂ ਵਿੱਚ ਖਿੱਚ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਉੱਤਰ ਦੋ ਪ੍ਰਕਾਰ ਦੀ ਨੰਬਰ 1 ਗੰਭੀਰ ਖਿੱਚ ਨੰਬਰ 2 ਲੰਮੇ ਸਮੇਂ ਦੀ ਖਿੱਚ ਪ੍ਰਸ਼ਨ ਨੰਬਰ 13 ਖਿੱਚ ਦੇ ਕੋਈ ਦੋ ਕਾਰਨ ਦੱਸੋ ਉੱਤਰ ਨੰਬਰ 1 ਜ਼ਿਆਦਾ ਖਿਚਾਅ ਨੰਬਰ 2 ਅਚਾਨਕ ਗਤੀ ਪ੍ਰਸ਼ਨ ਨੰਬਰ 14 ਖਿੱਚ ਦੇ ਕੋਈ ਦੋ ਲੱਛਣ ਦੱਸੋ ਉੱਤਰ ਨੰਬਰ 1 ਸੱਟ ਵਾਲੀ ਥਾਂ ਤੇ ਅਚਾਨਕ ਦਰਦ ਹੋਣਾ ਨੰਬਰ 2 ਸੱਟ ਵਾਲੀ ਥਾਂ ਤੇ ਸੋਜ ਜਾਂ ਲਾਲੀ ਹੋਣਾ ਪ੍ਰਸ਼ਨ ਨੰਬਰ 15 ਮੋਚ ਉੱਪਰ ਬਰਫ਼ ਕਿੰਨੇ ਸਮੇਂ ਲਈ ਲਗਾਉਣੀ ਚਾਹੀਦੀ ਹੈ ਉੱਤਰ ਹਰ ਘੰਟੇ ਬਾਅਦ 20 ਮਿੰਟ ਲਈ ਪ੍ਰਸ਼ਨ ਨੰਬਰ 16 ਗੁੱਜੀ ਸੱਟ ਦੇ ਕੋਈ ਦੋ ਲੱਛਣ ਦੱਸੋ ਉੱਤਰ ਨੰਬਰ 1 ਸੋਜ ਨੰਬਰ 2 ਸੱਟ ਦੇ ਖੇਤਰ ਵਿੱਚ ਦਰਦ ਨੰਬਰ 3 ਤੁਰਨ ਸਮੇਂ ਦਰਦ ਪ੍ਰਸ਼ਨ ਨੰਬਰ 17 ਰਗੜ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਉੱਤਰ ਚਾਰ ਛਰੇਟ ਛਿਲਿਆ ਜਾਣਾ ਦਬਾਰ ਰਗੜ ਟੱਕਰ ਰਗੜ ਪ੍ਰਸ਼ਨ ਨੰਬਰ 18 ਕਿਸੇ ਦੋ ਪ੍ਰਕਾਰ ਦੇ ਫ੍ਰੈਕਚਰ ਬਾਰੇ ਦੱਸੋ ਉੱਤਰ ਨੰਬਰ 1 ਖੁੱਲੀ ਟੁੱਟ ਨੰਬਰ 2 ਬਹੁਖੰਡੀ ਟੁੱਟ ਪ੍ਰਸ਼ਨ ਨੰਬਰ 19 ਫ੍ਰੈਕਚਰ ਦੇ ਕੋਈ ਦੋ ਲੱਛਣ ਦੱਸੋ ਉੱਤਰ ਨੰਬਰ 1 ਸੱਟ ਵਾਲੀ ਜਗ੍ਹਾ ਤੇ ਬਹੁਤ ਜ਼ਿਆਦਾ ਦਰਦ ਨੰਬਰ 2 ਸੱਟ ਵਾਲੀ ਜਗ੍ਹਾ ਤੇ ਸੋਜ ਪ੍ਰਸ਼ਨ ਨੰਬਰ 20 ਲੰਮੇ ਸਮੇਂ ਦੀ ਖਿੱਚ ਕੀ ਹੁੰਦੀ ਹੈ ਉੱਤਰ ਇਹ ਖਿੱਚ ਲੰਮੇ ਸਮੇਂ ਤੱਕ ਵਾਰ-ਵਾਰ ਹਰਕਤ ਕਾਰਨ ਹੁੰਦੀ ਹੈ ਇਹ ਜਿਮਨਾਸਟਿਕ ਟੈਨਿਸ ਕਿਸ਼ਤੀ ਚਲਾਉਣਾ ਤੇ 골프 ਵਰਗੀਆਂ ਖੇਡਾਂ ਵਿੱਚ ਵਰਤਦੀ ਹੈ। ਪ੍ਰਸ਼ਨ ਨੰਬਰ 21 ਪ੍ਰਾਈਸ ਦੇ ਸਿਧਾਂਤ ਨੂੰ ਕਿੰਨੇ ਘੰਟਿਆਂ ਤੱਕ ਕਰਨਾ ਜ਼ਰੂਰੀ ਹੁੰਦਾ ਹੈ? ਉੱਤਰ 24 ਤੋਂ 48 ਘੰਟਿਆਂ ਤੱਕ। ਪ੍ਰਸ਼ਨ ਨੰਬਰ 22 ਵਿਨੇ ਹੋਏ ਜ਼ਖਮ ਕੀ ਹੁੰਦੇ ਹਨ? ਉੱਤਰ ਜਦੋਂ ਕਿਸੇ ਨੁਕੀਲੀ ਵਸਤੂ ਦੇ ਵਜਨ ਨਾਲ ਚਮੜੀ ਫਟ ਜਾਂਦੀ ਹੈ। ਅਤੇ ਡੂੰਘਾ ਜ਼ਖਮ ਹੋ ਜਾਂਦਾ ਹੈ ਤਾਂ ਅਜਿਹੇ ਜ਼ਖਮਾਂ ਨੂੰ ਵਿੰਨੇ ਹੋਏ ਜ਼ਖਮ ਕਹਿੰਦੇ ਹਨ ਪ੍ਰਸ਼ਨ ਨੰਬਰ 23 ਦੱਬੀ ਹੋਈ ਟੁੱਟ ਕੀ ਹੁੰਦੀ ਹੈ ਉੱਤਰ ਇਸ ਵਿੱਚ ਹੱਡੀ ਟੁੱਟਦੀ ਨਹੀਂ ਬਲਕਿ ਅੰਦਰ ਵੱਲ ਤਸ ਜਾਂਦੀ ਹੈ ਪ੍ਰਸ਼ਨ ਨੰਬਰ 24 ਬਹੁਖੰਡੀ ਟੁੱਟ ਕੀ ਹੁੰਦੀ ਹੈ ਉੱਤਰ ਇਸ ਵਿੱਚ ਸੱਟ ਵਾਲੀ ਥਾਂ ਤੇ ਹੱਡੀ ਦੇ ਛੋਟੇ ਛੋਟੇ ਟੁਕੜੇ ਹੋ ਜਾਂਦੇ ਹਨ। ਪ੍ਰਸ਼ਨ ਨੰਬਰ 25 ਗੁੰਝਲਦਾਰ ਟੁੱਟ ਤੋਂ ਕੀ ਭਾਵ ਹੈ? ਉੱਤਰ ਇਸ ਵਿੱਚ ਹੱਡੀ ਟੁੱਟ ਕੇ ਦੂਜੀ ਹੱਡੀ ਜਾਂ ਫਿਰ ਅੰਗਾਂ ਵਿੱਚ ਧਸ ਜਾਂਦੀ ਹੈ। ਪ੍ਰਸ਼ਨ ਨੰਬਰ 26 ਮੋਚ ਕੀ ਹੈ? ਉੱਤਰ ਜਦੋਂ ਜੋੜ ਨੂੰ ਸਹਾਰਾ ਦੇਣ ਵਾਲੇ ਲਿਗਾਮੈਂਟ ਰੇਸ਼ੇ ਮਾਸਪੇਸ਼ੀ ਕੋਲੋਂ ਟੁੱਟ ਜਾਂਦੇ ਹਨ। ਜੋੜ ਨੂੰ ਹਰਕਤ ਕਰਾਉਣ ਵੇਲੇ ਬਹੁਤ ਦਰਦ ਹੁੰਦਾ ਹੈ ਸੋਜ ਆ ਜਾਂਦੀ ਹੈ ਅਜੇਹੀ ਸੱਟ ਨੂੰ ਮੋਚ ਕਹਿੰਦੇ ਹਨ ਪ੍ਰਸ਼ਨ ਨੰਬਰ 27 ਕੱਚੀ ਟੁੱਟ ਕੀ ਹੈ ਉੱਤਰ ਇਸ ਵਿੱਚ ਹੱਡੀ ਪੂਰੀ ਤਰ੍ਹਾਂ ਟੁੱਟਦੀ ਨਹੀਂ ਬਲਕਿ ਇੱਕ ਪਾਸੇ ਨੂੰ ਝੁੱਕ ਜਾਂਦੀ ਹੈ ਇਹ ਟੁੱਟ ਅਕਸਰ ਬੱਚਿਆਂ ਵਿੱਚ ਦੇਖ ਨੂੰ ਮਿਲਦੀ ਹੈ ਕੱਚੀ ਟੁੱਟ ਨੂੰ ਗ੍ਰੀਨ ਸਟਿਕ ਫ੍ਰੈਕਚਰ ਵੀ ਕਹਿੰਦੇ ਹਨ ਪ੍ਰਸ਼ਨ ਨੰਬਰ 28 ਪ੍ਰਤੱਖ ਸੱਟਾਂ ਕੀ ਹਨ ਉੱਤਰ ਜਿਹੜੀਆਂ ਸੱਟਾਂ ਪ੍ਰਤੱਖ ਰੂਪ ਵਿੱਚ ਦੇਖੀਆਂ ਜਾ ਸਕਣ ਨੂੰ ਪ੍ਰਤੱਖ ਸੱਟਾਂ ਕਹਿੰਦੇ ਹਨ ਇਹ ਸੱਟਾਂ ਬਾਰੀ ਤਾਕਤ ਜਾਂ ਦਬਾਅ ਦੇ ਕਾਰਨ ਲੱਗਦੀਆਂ ਹਨ ਸੱਟ ਲੱਗਣ ਦਾ ਕਾਰਨ ਸਪਸ਼ਟ ਭਾਵ ਪ੍ਰਤੱਖ ਦਿਖਾਈ ਦਿੰਦਾ ਹੈ ਜਿਵੇਂ ਕਿਸੇ ਦੂਸਰੇ ਖਿਡਾਰੀ ਨਾਲ ਟਕਰਾ ਜਾਣਾ ਹਾਕੀ ਜਾਂ ਕ੍ਰਿਕਟ ਬਾਲ ਆਦ ਦਾ ਵਜਣਾ ਜਾਂ ਬਾਰੀ ਤਾਕਤ ਨਾਲ ਲੱਗਣ ਵਾਲੀਆਂ ਸੱਟਾਂ ਜਿਨ੍ਹਾਂ ਨੂੰ ਆਸਾਨੀ ਨਾਲ ਸਪਸ਼ਟ ਤੌਰ ਤੇ ਭਾਵ ਉਪਰਤਖ ਰੂਪ ਵਿੱਚ ਦੇਖਿਆ ਜਾ ਸਕੇ ਨੂੰ ਪ੍ਰਤੱਖ ਸੱਟਾਂ ਕਹਿੰਦੇ ਹਨ ਫਿਜ਼ੀਕਲ ਐਜੂਕੇਸ਼ਨ ਇੰਗਲਿਸ਼ ਹਿਸਟਰੀ এনवायरमेंट ਆਦ ਨਾਲ ਸੰਬੰਧਤ ਵੀਡੀਓ ਦੇਖਣ ਲਈ ਚੈਨਲ ਦਿਨੇਸ਼ এডਿਕੇਸ਼ਨ ਐਂਡ ਸਪੋਰਟਸ ਤੇ ਵਿਜ਼ਿਟ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਕਲਿੱਕ ਕਰਕੇ 올 ਦੀ অপਸ਼ਨ ਜਰੂਰ ਚੁਣੋ ਤਾਂ ਜੋ ਹਰ ਨਵੀਂ ਵੀਡੀਓ ਦਾ ਆਪਜੀ ਨੂੰ ਸੁਨੇਹਾ ਲੱਗ ਜਾਵੇ ਧੰਨਵਾਦ ਦੋਸਤੋ ਫਿਜ਼ੀਕਲ এডਿਕੇਸ਼ਨ ਤੋਂ ਇਲਾਵਾ ਤੁਸੀਂ ਇਸ ਚੈਨਲ ਤੇ ਇੰਗਲਿਸ਼ ਹਿਸਟਰੀ এনवायरमेंट ਸਮਾਜ ਸੇਵਾ ਕਰੋਨਾ ਕੇਅਰ ਆਦ ਅਨੇਕਾਂ ਟੌਪਿਕਸ ਤੇ ਵੀਡੀਓ ਵੇਖ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਨ ਤੇ ਧੰਨਵਾਦ YouTube ਦੇ ਸਰਚ ਬਾਰ ਦੇ ਵਿੱਚ ਆਪਾਂ ਦਿਨੇਸ਼ এডਿਕੇਸ਼ਨ ਐਂਡ ਸਪੋਰਟਸ ਲਿਖਣਾ ਹੈ ਸਾਡੇ ਕੋਲੋਂ ਇੱਕ ਨਵਾਂ ਪੇਜ ਆ ਜਾਏਗਾ ਉਹਦੇ ਉੱਪਰਲੇ ਪਾਸੇ ਲਿਖਿਆ ਹੋਇਆ ਦਿਨੇਸ਼ এডਿਕੇਸ਼ਨ ਐਂਡ ਸਪੋਰਟਸ ਤੇ ھیਠਾਂ ਆਪਸ਼ਨ ਦਿੱਤੀ ਹੈ ਸਬਸਕ੍ਰਾਈਬ ਦੀ ਤੁਸੀਂ ਡਾਇਰੈਕਟ ਇੱਥੋਂ ਵੀ ਸਬਸਕ੍ਰਾਈਬ ਕਰ ਸਕਦੇ ਹੋ ਜੇਕਰ ਕੋਈ ਵੀਡੀਓ ਦੇਖ ਰਹੇ ਹੋ ਜਿਵੇਂ ਕਿ ਆਪਾਂ ਚੈਨਲ ਖੋਲ ਲਿਆ ਤੇ ਆਪਾਂ ਕੋਈ ਵੀਡੀਓ ਦੇਖ ਰਹੇ ਹਾਂ ਤਾਂ ਜਦੋਂ ਵੀਡੀਓ ਚੱਲੇਗੀ ਸਾਡੇ ਕੋਲ ਕੁਝ ਆਪਸ਼ਨਸ ਆਣਗੀਆਂ ਤਾਂ ਸਾਡੇ ਕੋਲ ਆਪਸ਼ਨਸ ਆ ਗਈਆਂ ਇੱਥੇ ਜਿੱਥੇ ਫੋਟੋ ਲੱਗੀ ਹੈ ھیਠਾਂ ਦਿਨੇਸ਼ education and sports ਲਿਖਿਆ ਹੋਇਆ ਹੈ ਇਹਦੇ ਨਾਲ ਆ ਸਬਸਕ੍ਰਾਈਬ ਦਾ ਬਟਨ ਹੈ ਤੁਸੀਂ ਸਬਸਕ੍ਰਾਈਬ ਦਾ ਬਟਨ ਨੱਪ ਲੈਣਾ ਇਸ ਨੂੰ ਤੇ ਤੁਹਾਡੇ ਕੋਲ ਤਿੰਨ ਆਪਸ਼ਨਸ ਆਣਗੀਆਂ ਜਦੋਂ ਇਸ ਨੂੰ ਆਪਾਂ ਨੱਪਾਂਗੇ ਤਾਂ ਤਿੰਨ ਆਪਸ਼ਨਸ ਆਣਗੀਆਂ ਉਹਦੇ ਉੱਪਰ ਲਿਖਿਆ ਹੋਇਆ ਆਲ ਤਾਂ ਆਲ ਦੀ ਆਪਸ਼ਨ ਜਿਹੜੀ ਹੈ ਉਹ ਤੁਸੀਂ ਜ਼ਰੂਰ ਪ੍ਰੈਸ ਕਰ ਦੇਣੀ ਹੈ ਤਾਂ ਕਿ ਤੁਹਾਨੂੰ ਹਰ ਨਵੀਂ ਵੀਡੀਓ ਦਾ ਸੁਨੇਹਾ ਲੱਗ ਜਾਇਆ ਕਰੇ ਸਬਸਕ੍ਰਾਈਬ ਕਰਨ ਲਈ ਤੇ ਵੀਡੀਓਜ਼ ਸ਼ੇਅਰ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ